ਬਿਸਮਿਲ੍ਲਾਹਿਰ੍ਰਹਿਮਾਨਿਰ੍ਰਹੀਮ ਅਸਲਾਮੁਅਲੈਕੁਮ ਦੋਸਤੋ, ਤੁਸੀਂ ਵੇਖ ਰਹੇ ਹੋ ਇਤਮਾਦ ਟੀਵੀ ਤੇ ਮੈਂ ਤੁਹਾਡਾ ਦੋਸਤ ਮੁਹੰਮਦ ਸਾਜਿਦ। ਦੋਸਤਾਂ ਵਾਸਤੇ ਅੱਜ ਚਾਰ ਖੂਬਸੂਰਤ ਮੱਝਾਂ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ। ਦੋਸਤਾਂ ਅੱਗੇ ਰਿਕੁਐਸਟ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਨਾ ਹੈ ਔਰ ਬੈੱਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਅੱਛੀ ਔਰ ਬਿਹਤਰੀਨ ਵੀਡੀਓ ਦਾ ਨੋਟੀਫਿਕੇਸ਼ਨ ਦੋਸਤਾਂ ਤੱਕ ਜਲਦੀ ਔਰ ਬਆਸਾਨੀ ਪਹੁੰਚ ਸਕੇ। ਦੋਸਤੋ, ਹਫ਼ਤਾਵਾਰ ਵੀਡੀਓ ਦਾ ਸਿਲਸਿਲਾ ਹੈ। ਬਰੋਂ ਸੋਮਵਾਰ, 13 ਤਾਰੀਖ, 11ਵਾਂ ਮਹੀਨਾ 2023। ਆਹ ਸੋਮਵਾਰ ਦਾ ਦਿਨ ਹੈ। ਭਾਈ ਸ਼ਾਹਦ ਸਾਹਿਬ ਨਾਲ ਖਲੋਤੇ ਨੇ ਸ਼ਾਹਿਦ ਬਲੋਚ, 601 ਗਾਬੇ ਸੈਫਲ ਦੀ ਚੌਕ, ਤਹਿਸੀਲ ਤਾਂਦਲਿਆਂ ਵਾਲਾ, ਜ਼ਿਲ੍ਹਾ ਫੈਸਲਾਬਾਦ। ਦੋਸਤੋ, ਤਾਂਦਲਿਆਂ ਵਾਲੇ ਤੋਂ ਪੀਰਾ ਪੁੱਲ ਰੋਡ ਨਿਕਲਦਾ ਹੈ ਤਾਂਦਲਿਆਂ ਵਾਲੇ ਸ਼ਹਿਰ ਦੇ ਵਿੱਚੋਂ, ਤਕਰੀਬਨ 6 ਤੋਂ 7 ਕਿਲੋਮੀਟਰ। ਬਿਲਕੁਲ ਰੋਡ ਦੇ ਨਾਲ ਹੀ ਇਹਨਾਂ ਦਾ ਪਿੰਡ ਹੈ ਅਤੇ ਜਨਾਬ ਜੀ ਡੇਰਾ ਇਹਨਾਂ ਦਾ। ਬਾਕੀ ਚਾਰ ਖੂਬਸੂਰਤ ਜਾਨਵਰ ਨੇ ਜਨਾਬ ਜੀ, ਮਾਸ਼ਾਅੱਲਾ ਮੁਨਾਸਿਬ ਔਰ ਖੂਬਸੂਰਤ ਨੇ। ਉਸ ਤੋਂ ਪਹਿਲੇ ਜਨਾਬ ਜੀ, ਮਾਸ਼ਾਅੱਲਾ ਜਦੋਂ ਦੇ ਆਏ ਅਲਹਮਦੁਲਿਲਾ, ਦੋਸਤਾਂ ਦੇ ਤਾਵਨ ਦਾ ਸ਼ੁਕਰੀਆ ਜਿਹੜਾ ਕਿ ਬਾਹਰ ਬਹਿ ਕੇ ਜਾਂ ਪਾਕਿਸਤਾਨ ਵਿੱਚ ਬਹਿ ਕੇ ਇਤਮਾਦ ਕਰਦੇ ਨੇ। ਜਿਹੜਾ ਹੀ ਜਾਨਵਰ ਚੈਨਲ 'ਤੇ ਲਾਉਂਦੇ ਸੇਲ ਹੋ ਜਾਂਦਾ, ਉਹਦੀ ਡਿਟੇਲ ਵੀ ਹੁੰਦੀ ਹੈ, ਲੇਕਿਨ ਕੋਈ ਡਿਟੇਲ ਜਾਵਾਂ ਦੀ ਜ਼ਰੂਰਤ ਨਹੀਂ ਹੁੰਦੀ, ਵੀਡੀਓ ਲੰਬੀ ਹੋ ਜਾਂਦੀ। ਅਗਰ ਕੋਈ ਦੋਸਤ ਆਖਦਾ ਕਿ ਸਾਡਾ ਜ਼ਿਕਰ ਕਰ ਦਿਓ ਤਾਂ ਅਸੀਂ ਜ਼ਿਕਰ ਕਰ ਦਿੰਦੇ ਹਾਂ। ਬਾਕੀ ਅੱਲਾਹ ਪਾਕ ਦਾ ਸ਼ੁਕਰ ਹੈ ਕਿ ਜਾਨਵਰ ਦੜਾਦੜ ਸੇਲ ਹੋ ਜਾਂਦੇ ਨੇ। 0342-7070-977, 0342-777-0977 ਸਕਰੀਨ ਦੇ ਉੱਤੇ ਚੱਲਦਾ ਪਿਆ। ਬਾਕੀ ਬਾਈ ਸ਼ਾਹਿਦ ਆਪਣਾ ਰਾਬਤਾ ਨੰਬਰ ਲਿਖਾਉਂਦੇ। ਅਸਲਾਮ ਅਲੈਕੁਮ ਦੋਸਤੋ, ਜਿਹੜੇ ਆਊਟ ਆਫ ਕੰਟਰੀ ਬੈਠੇ ਨੂੰ, ਰਾਬਤਾ ਨੰਬਰ ਹੈ 0321-21-88-601। ਇਹ ਵਟਸਐਪ ਨੰਬਰ, ਕੋਨੈਕਟ ਨੰਬਰ ਇਹੀ ਹੈ, 0321-21-88-601। ਅੱਛਾ, ਸੁਣੀਆਂ ਹੋਈਆਂ ਨੇ ਚਾਰੇ ਹੀ ਆ, ਕੀ ਡਿਟੇਲ? ਚਾਰੇ ਹੀ ਸੂਈਆਂ ਹੋਈਆਂ ਨੇ। ਠੀਕ ਹੋ ਗਿਆ, ਸਜਰੀਆਂ ਸੂਈਆਂ ਨੇ? ਸਜਰੀਆਂ ਸੂਈਆਂ ਹੋਈਆਂ ਨੇ, ਤਾਜ਼ੀਆਂ। ਠੀਕ ਹੋ ਗਿਆ, ਨਾ ਕੋਈ ਬਾਖੜੀ ਦੋਸਤੋ, ਨਾ ਗੱਬਣ, ਚਾਰੇ ਹੀ ਜਿਹੜਾ ਹੈ ਸਜਰੀਆਂ ਸੂਈਆਂ ਨੇ। ਇਨਸ਼ਾਅੱਲਾ ਤਾਲਾ 20-20 ਕਿਲੋ ਵਾਲੀਆਂ ਵਿੱਚ ਮਾਸ਼ਾਅੱਲਾ ਮੱਝਾਂ ਦੋ ਹੈ। ਬੜੀ ਗੱਲ ਹੈ, ਚੰਗਾ ਦੂਸਰਾ, ਚੰਗੀਆਂ ਮੱਝਾਂ ਹੋਣ ਤਾਂ ਦੋਸਤੋ ਦੇ ਜ਼ਿਆਦਾ ਦਿਲਚਸਪੀ ਲੈਂਦੇ ਨੇ। ਜਾਨਵਰ ਅੱਛਾ ਔਰ ਦੂਸਰਾ ਮੁਨਾਸਿਬ ਹੋਵੇ ਨਾ ਬਾਈ ਜਾਨ, ਰੇਟ ਬਾਈ ਜਿਹੜਾ ਨਾ ਇਨਸ਼ਾਅੱਲਾ ਤਾਲਾ ਕੀ ਦੋਸਤਾਂ ਨੂੰ ਜੋੜੇ ਜੋੜੇ ਦੇ ਦੇਣਾ। ਕਿਵੇਂ ਆਖਦੇ ਵੀ ਜੋੜਾ ਰੇਟ ਥੋੜਾ ਜੀ, ਜੋੜੇ ਦਾ ਰੇਟ ਔਰ ਮਕੂਲ ਜਿਹੜਾ ਥੋੜਾ ਹੀ ਉਸ ਰੇਟ ਲੈ ਆਓ। ਪਹਿਲੇ ਨੰਬਰ ਤੇ ਮਾਝ ਨੰਬਰ 1 ਦੋਸਤੋ, ਸ਼ਾਹਦ ਬਈਆ ਦੀ ਡਿਟੇਲ ਨਾਲ ਨਾਲ ਦਿੱਤੀ ਆ ਬਾਈ ਸਾਜਿਦ। ਇਨਸ਼ਾਅੱਲਾ ਤਾਲਾ ਡਿਟੇਲ ਹੈ ਵੀ ਕੱਟੀ ਦਿੱਤੀ ਹੋਈ ਸੂਈ ਨੂੰ, ਤਕਰੀਬਨ ਅੱਜ ਹਫ਼ਤਾ ਹੋ ਗਿਆ ਜੀ। ਵਾਰਾ ਕਿਤਨਾ? ਦੋਸਤਾਂ ਦਿਨ ਦੂਸਰਾ ਵਾਰਾ ਸੂਈ, ਦੋਸਤਾਂ ਦਿਨ ਵੀ ਥੱਬਿਆਂ ਦਾ ਲਿਬਾਸ ਔਰ 20-20 ਲੀਟਰੀਆਂ ਜੀ। ਅਸੀਂ ਸਾਹਮਣੇ ਕੈਮਰੇ ਦੇ ਹਰ ਚੀਜ਼ ਲੈ ਆਏ ਹਾਂ। ਮਾਸ਼ਾਅੱਲਾ ਦੋਸਤੋ, ਕੈਮਰਾ ਮੈਂ ਤਾਂ ਫਰੰਟ ਤੇ ਬੈਕ ਆਰਡਰ ਕੁਆਲਿਟੀ ਚੈੱਕ ਕਰਾਣੀ, ਜਿਹਨੂੰ ਆਰਡਰ ਕੁਆਲਿਟੀ ਆਖਦੇ ਨੇ ਇਹ ਆਰਡਰ ਕੁਆਲਿਟੀ ਹੈ। ਮਾਝ ਦੀ ਟੋਰ ਵੀ ਪਿੱਛੋਂ ਚੈੱਕ ਕਰਾ ਵੀ ਕਿਸ ਤਰ੍ਹਾਂ ਮਾਸ਼ਾਅੱਲਾ ਇਤਨਾ ਹਵਾਨਾ ਲੈ ਕੇ ਟੁਰਦੀ, ਕਿ ਮਤਲਬ ਖੂਬਸੂਰਤ ਕਿਤਨਾ ਟੁਰਦੀ ਪਈ। ਗੱਲ ਇਹ ਵੀ ਭਾਈ ਸਾਜਿਦ, ਕੱਟੀ ਥੱਲੇ ਮਾਝ ਦੀ ਔਰ ਕੱਟੀ ਦੀ ਜਿਹੜੇ ਨਾ ਮਾਵਾਂ ਦੀਆਂ ਦੀ ਦੋਵਾਂ ਦੀ ਰੰਗਾਂ ਤੱਖਾਂ ਦੀ ਬਿਲਕੁਲ ਸੇਮ ਟੂ ਸੇਮ ਹੈ ਜੀ। ਨਸਲੀ ਜਾਨਵਰ ਔਰ ਮਾਝ ਦੀ ਹੱਡੀ, ਹਾਈਟ, ਕੱਦ ਸਾਰਾ ਨਜ਼ਰ ਦੋਸਤਾਂ ਨੂੰ ਆਉਂਦਾ ਪਿਆ, ਬਰੀਕ ਵੀ ਹੈ ਸਾਰਾ, ਤਸੱਲੀ ਨਾਲ ਦੋਸਤ ਆਖਦੇ ਹਨ ਵੀ ਪੀੜੀ ਦੇ ਪਾਵਿਆਂ ਤਰ੍ਹਾਂ ਥਾਣ ਦੇ ਥੱਬੇ ਮੇਲ ਹੋ। ਇਹ ਸਾਹਮਣੇ ਹਰ ਚੀਜ਼ ਹੈ, ਕੈਮਰੇ ਦੀ ਨਜ਼ਰ ਹੈ, ਚੌਪਸ ਮੱਕ ਲਈ ਯਾਰ, ਮਾਸ਼ਾਅੱਲਾ ਐਡਾ ਚੁਆ ਤਾਂ ਆਮ ਮਾਝ ਨੂੰ ਕੋਈ ਨਹੀਂ ਲੱਗਦਾ। ਜਿਹੜਾ ਤੁਸੀਂ ਦੁੱਧ ਚੁੰਦੇ ਪਿਓ ਦੱਸਣਾ, ਇਸ ਟਾਈਮ ਬੱਚੇ ਸਮੇਤ ਕਿਤਨਾ ਚੋ? ਬੱਚੇ ਸਮੇਤ ਮਾਝ ਕੋਲੋ 18 ਤੋਂ 19 ਲੀਟਰ ਹੈ। ਇਹ ਤੁਹਾਡਾ ਗਰੰਟੀ ਵਾਲਾ ਦੁੱਧ? ਇਹ ਗਰੰਟੀ ਵਾਲਾ ਦੁੱਧ ਹੈ, 18 ਤੋਂ 19 ਲੀਟਰ ਮਾਝ ਕੋਲ ਦੁੱਧ ਹੈ, ਐਂ ਗਰੰਟੀ। ਅੱਗੋ ਹੀ ਵਿਖਾਓ ਕੈਮਰਾ, ਮੈਂ ਬੂਥੀ ਛੁੱਤੀ ਵਿਖਾਓ, ਅੱਖਾਂ ਵਿਖਾਓ, ਸਾਡੇ ਸਦੀ ਗਰਦਨ ਵਿਖਾ, ਸਾਰਾ ਅੱਲਾ ਦੇ ਬੰਦਿਆਂ ਪੂਰੀ ਪੂਰੀ ਤਸੱਲੀ ਨਾਲ ਮਾਝ ਵਿਖਾਣੀ ਹੈ। ਮਾਝ ਖੂਬਸੂਰਤ, ਜਿਹੜਾ ਜਾਨਵਰ ਜ਼ਿਆਦਾ ਖੂਬਸੂਰਤ ਉਹਨੂੰ ਜ਼ਿਆਦਾ ਵਿਖਾਣਾ। ਕੱਦ ਕਿਤਨਾ ਹੈ ਮਾਝ ਦਾ? ਹੁਣ ਮੂੰਹ ਦੀ ਅਸੀਲ ਸਾਊ ਹੈ, ਕਨੀਆਂ ਵਾਲੇ ਮਾਝ ਹੁਣ ਦੰਦ ਕੱਢੇ ਨੂੰ ਜਵਾਨ, ਹੁਣ ਮਾਝ ਹੋਈ ਹੈ ਦੂਜੇ ਸੂਏ। ਮਾਝ ਦੀ ਅੱਖੀ ਦੀ ਰੰਗਾ ਚੈੱਕ ਕਰਾ ਕੈਮਰਾ ਨੇੜੇ ਲਿਆ ਕੇ, ਅੱਖੀ ਮਾਸ਼ਾਅੱਲਾ ਵੇਖ ਲਓ, ਸੇਵਾਰ ਨਹੀਂ ਹੁੰਦੇ ਅਨਰਜੀ ਸੇਵਾਰ, ਔਰ ਮੱਥੇ 'ਚ ਫੁੱਲੀ
ਮਾਈ ਦੀ ਗਰਦਨ ਵੇਖ ਕਿੰਨੀ ਲੰਮੀ। ਇਹ ਨਸਲੀ ਜਾਨਵਰਾਂ ਦੀ ਨਿਸ਼ਾਨੀਆਂ ਹੁੰਦੀਆਂ ਹਨ। ਮਾਈ ਦੀ ਦੁੰਨੀ ਕੋੜੀ ਨਾ ਹੋਣ ਦੇ ਬਰਾਬਰ ਹੈ। ਮਾਸ਼ਾਅੱਲਾ ਮਾਈ ਤੁਰਦੀ ਹੈ ਪੈਰ, ਮਾਸ਼ਾਅੱਲਾ ਪਹਿਲਾਂ ਪਾ ਪਾ ਕੇ ਤਰੀਫ ਹੁੰਦੀ ਹੈ ਅੱਲਾ ਦੀ ਜ਼ਾਤ ਦੀ। ਜਾਨਵਰ ਚ ਕਮੀ ਕੋਈ ਨਾ ਉਸੀ। ਜਨਾਬ 18-19 ਕਿਲੋ ਦੁੱਧ ਤੁਸੀਂ ਚੋ ਰਹੇ ਹੋ। 18-19 ਲੀਟਰ ਦੁੱਧ ਨਹੀਂ ਹੈ, ਬੋਲਾ ਹੀ ਹੈ। ਇਹ ਕੱਟੀ ਦੇ ਥੱਲੇ ਨਾੜੂ ਖਲਾ ਹੈ। ਕੱਟੀ ਵਿਖਾਓ ਜੀ। ਹਾਂ ਭਾਈ ਜਾਨ, ਕੱਟੀ ਚੈੱਕ ਕਰਾਓ। ਜਿਵੇਂ ਮਾਂ ਦੀਆਂ ਅੱਖਾਂ ਨੂੰ ਮੱਥੇ 'ਚ ਫੁੱਲੀ ਹੈ, ਉਵੇਂ ਰੰਗਾਂ ਤੇ ਵੇਖੋ ਕੱਟੀ। ਸੇਮ ਸੇਮ। ਉਸ ਤੋਂ ਬਾਅਦ ਨਜ਼ਰ ਆ ਰਿਹਾ ਨਾੜੂ ਵਾਲੀ ਥੱਲੇ ਖਲਾ। ਅੱਛਾ ਠੀਕ ਹੋ ਗਿਆ। ਇਹਦਾ ਹੁਣ ਰੇਟ ਜਿਹੜਾ ਦੂਸਰੀ ਦੇ ਨਾਲ ਕਰਨਾ ਹੈ? ਰੇਟ ਜੋੜੇ ਦਾ ਕਰਨਾ ਹੈ ਦੋਸਤਾਂ ਨੂੰ। ਸ਼ੌਕ ਦਾ, ਸ਼ੌਕ ਦੇ ਮੁੱਲ ਕੋਈ ਨਹੀਂ ਹੁੰਦਾ, ਪਰ ਜੋੜੇ ਦਾ ਰੇਟ ਥੋੜਾ ਕਰ। ਉਹਦੇ ਵੰਡ ਵੀ ਉਸੇ ਕਿ ਜੋੜੇ ਦਾ ਕਰਕੇ। ਅਗਰ ਕੋਈ ਇੱਕ ਲਵੇ ਤਾਂ ਦੋਸਤ ਕਾਲ ਜਿਸ ਟਾਈਮ ਹੋਣੀ ਹੈ ਨਾ, ਦੋਸਤਾਂ ਨਾਲ ਇੱਕ ਦੇ ਲਿਸਾਂ ਜੀ। ਅਗਰ ਜੋੜਾ ਲਿਆ ਕਿਸੇ ਤਾਂ ਜੋੜਾ ਦੇ ਦਿੱਤਾ। ਠੀਕ ਹੈ, ਦੂਸਰੇ ਨੰਬਰ ਮੇਰੀ ਮਾਈ ਦੀ ਤਸਲੀਆਂ ਕਰਾ ਥੋੜੀ ਜੀ, ਹੋਰ ਜਾਵਣ ਦੇ ਮਾਈ ਨੂੰ ਟੁਰਾਣ ਦੇ ਥੋੜਾ ਜਿਹਾ ਸਿੱਧਾ ਟੋਰ ਮੁੰਨੀ ਕਿਆ। ਮਾਈ ਨੂੰ ਇੱਕ ਮਿੰਟ ਰੋਕੇ ਨਾ, ਰੋਕ ਇੱਕ ਮਿੰਟ। ਮਾਈ ਦੀ ਹਰ ਤਰ੍ਹਾਂ ਦੀਆਂ ਤਸਲੀਆਂ ਕਰਾ। ਇਹ ਵੇਖੇ ਨਾ, ਇਹ ਫੁੱਟ ਫੁੱਟ ਮੱਝ ਜਿਹੜੀ ਜਾਂਦੇ ਨਾ, 2 ਫੁੱਟ ਪੂਰੀ ਚੌੜੀ ਹੈ ਮੱਝ। ਅਗਰ ਫੁੱਟ ਪੂਰੀ ਹੈ ਤਾਂ ਵਿੱਚੋਂ ਕੁਝ ਕੱਢਦੀ ਵੀ ਹੈ ਮਾਸ਼ਾਅੱਲਾ। ਮਾਈ ਨੂੰ ਵੰਡ ਥਣਾ ਦੀ ਵਿਰਲ। ਆਹ ਵੇਖੇ ਨਾ, ਸੂ ਦਾ ਡੋਡਾ ਖੜਾ ਮਾਸ਼ਾਅੱਲਾ। ਪੱਟੀ ਵਧੀ ਹੈ, ਨਹੀਂ ਜਗ੍ਹਾ ਤਾਂ ਹੈ ਦੁੱਧ ਦੀ, ਖੈਰ ਨਜ਼ਰ ਆ ਰਹੀ ਹੈ। ਠੀਕ ਹੈ ਜੀ, ਦੂਸਰੇ ਨੰਬਰ ਤੇ ਲੈ, ਤਸੱਲੀ ਹੋ ਗਈ ਇਹਦੀ। ਨੰਬਰ ਤੇ ਜਨਾਬ ਦੱਸੋ ਇਹਦੀ ਡਿਟੇਲ। ਮਾਸ਼ਾਅੱਲਾ ਦੂਸਰੇ ਨੰਬਰ ਤੇ ਵੀ ਨਿਆਬ ਤੋਹਫਾ ਦੋਸਤਾਂ ਦੇ। ਮਾਸ਼ਾਅੱਲਾ ਦੇ ਕਮੈਂਟ ਆਉਣੇ ਚਾਹੀਦੇ ਇਨਸ਼ਾਅੱਲਾ ਜੀ, ਇਨਸ਼ਾਅੱਲਾ। ਮੁੱਠ ਬਾਰ ਥਣ ਜੋਟੀ ਨੂੰ ਲੱਗਾ ਆਇਆ ਹੈ। ਜੋਟੀ ਦਾ ਕੱਦ ਚੰਗਾ, ਥਣ ਚੰਗਾ, ਵੰਡ ਹਰ ਪਾਸੋਂ, ਹਰ ਤਰ੍ਹਾਂ ਦੀਆਂ ਤਸੱਲੀਆਂ ਜੋਟੀ ਦੀ। ਥਣ ਮਾਈ ਨੂੰ ਵੇਖ ਲੈ ਕੈਸਾ ਲੱਗਾ ਆਇਆ ਜੀ, ਪੂਰੇ ਮਰਲੇ ਮਰਲੇ ਤੇ ਔਰ ਲਾਟੂ ਵਾਲਾ ਥਣ, ਮੁੱਠ ਬਾਰ ਜਿਹਨੂੰ ਆਖਦੇ ਨੂੰ। ਇਵੇਂ ਨਾ ਤਾਂ ਪੁੱਠਿਆਂ ਲਈ ਲੈ ਚੱਲੋ ਨਾ, ਹੱਡੀ ਵੀ ਖਾਓ ਜੀ। ਹੱਡੀ ਮਾਈ ਦੀ ਚੈੱਕ ਕਰਾ, ਕਹਿੰਦੀ ਨਾ ਬਿਲਕੁਲ ਲੈਂਥ ਚੈੱਕ ਕਰਾ ਵੀ ਕਿਤਨੀ ਸਿੱਧੀ ਮੱਝ ਹੈ। ਮੱਝ ਬਹੁਤ ਲੰਮੀ ਹੈ, ਬਹੁਤ ਲੰਮੀ ਔਰ ਥੱਲੇ ਦੀ ਮੱਝ ਦੀ ਵੰਡ ਬੜੀ ਚੰਗੀ ਹੈ ਜੀ। ਇਹ ਤੋਂ ਥੋੜਾ ਪਿੱਛੂ ਕੈਮਰਾ ਲਾਓ, ਅੱਗੇ ਤੇ ਬੈਕ ਦੋ ਇਕੱਠਾ। ਆ ਮਾਸ਼ਾਅੱਲਾ ਚੈੱਕ ਕਰਾ ਨਾ, ਆ ਦੁੰਨੀ ਖੜੀ ਹੈ, ਐ ਸੂੰ ਦਾ ਡੋਡਾ ਹੈ ਮਾਸ਼ਾਅੱਲਾ। ਮੱਝ ਕੋਲ ਇਤਨੀ ਜਾ ਹੈ, ਨਜ਼ਰ ਆ ਰਹੀ ਹੈ। ਹਾਂਜੀ, ਇਨਸ਼ਾਅੱਲਾ ਤਾਲਾ ਦੋਸਤ ਦਿਖਾਓ ਇਹਦੀ ਨਫਾਸਤ ਬਰੀਕ। ਪੂਛਾ ਚੈੱਕ ਕਰ ਲਵੇਂ, ਪੂਛੋ ਮਾਸ਼ਾਅੱਲਾ ਜਿਵੇਂ ਲੱਛੇ ਹੁੰਦੇ ਨੋ, ਲੱਛਿਆਂ ਵਰਗਾ ਬਰੀਕ ਪੂਛਾ ਲੈ। ਨਫਾਸਤ ਦਾ ਜਾਨਵਰ ਦਾ ਪਤਾ ਲੱਗ ਜਾਂਦਾ। ਆਹਿਸਤਾ ਆਹਿਸਤਾ ਟੁਰਨਾ ਹੈ, ਦੂਸਰਾ ਵਾਰਾ ਸੂਈ ਹੈ। ਹਾਂਜੀ, ਦੂਸਰਾ ਵਾਰਾ ਥੱਲੇ ਬੱਚਾ, ਥੱਲੇ ਕੱਟੀ ਹੈ, ਅੱਜ ਰਾਤ ਅਜ਼ਾਨਾਂ ਵਾਲੇ ਸੂਈ ਹੈ ਜੀ। ਮਾਈ ਦਾ ਮਾਸ਼ਾਅੱਲਾ ਬੋਲਾ ਜਿਹੜਾ ਹੈ ਨਾ ਜੀ, ਜੀ ਮੈਂ ਕੱਢ ਲਿਆ ਹੋਇਆ ਜੀ। ਤਸੱਲੀ ਦੀ ਔਰ ਮਾਈ ਦਾ ਚੁਆਪ ਅਸਮਾਂ ਏਡਾ ਤਾਂ ਆਮ ਮੱਝ ਕਿਸੇ ਨੂੰ ਲੱਗਾ ਉਸੇ ਜੀ, ਬਿਲਕੁਲ ਕਲੀਅਰ ਨਿਕਲਿਆ। ਮੈਂ ਨਾ ਬਾਈ ਜਾਨ ਤਸੱਲੀਆਂ ਗਰੰਟੀਆਂ ਬਾਰ ਬਾਰ ਆਖਦਾ ਪਿਆ, ਗਰੰਟੀਆਂ ਮਾਸ਼ਾਅੱਲਾ ਕੰਡ ਚੰਗੀ ਸੂ, ਪੁੱਠਾ ਖੁੱਡਾ ਹਰ ਤਰ੍ਹਾਂ ਦੀਆਂ ਤਸੱਲੀਆਂ ਕਰਾ ਮਾਈ। ਬੱਚੇ ਤਾਂ ਲੈ ਜਾਓ ਨਾ, ਬੱਚੇ ਦਾ ਕਰ ਆਓ, ਕੱਟੀ ਵੀ ਚੈੱਕ ਕਰਾਓ, ਉੱਤੇ ਦੇ ਗੁੱਤੀ ਗਰਦਨ ਗੁਰਦਨ ਚੈੱਕ ਕਰਾਣੀ ਹੈ। ਆ ਕੱਟੀ ਹੈ ਮਾਸ਼ਾਅੱਲਾ, ਕੱਟੀ ਚੈੱਕ ਕਰਾਓ, ਕੱਟੀ ਦਿਖਾਓ। ਪਹਿਲੀਆਂ ਮੱਝੀ ਦੇ ਹੇਠ ਦੋਵਾਂ ਦੇ ਹੇਠ ਕੱਟੀਆਂ ਨੂੰ
ਔਰ ਦੋ ਮੱਝੀ ਨੇ ਚਾਰ ਮੱਝੀ ਨੇ ਮਾਸ਼ਾਅੱਲਾ ਔਰ ਦੋਵੇਂ ਮਾਸ਼ਾਅੱਲਾ ਫੁੱਲ ਵੱਡੀਆਂ ਮੱਝਾਂ ਫੁੱਲ ਵੱਡੀਆਂ ਮੱਝੀ ਸ਼ੌਕ ਵਾਲੀਆਂ ਔਰ ਸ਼ਾਹਜ਼ੋਰ ਦੇ ਵਿੱਚ ਮੇਰੀਆਂ ਦੋ ਮੱਝੀ ਮਸੇ ਪੂਰੀਆਂ ਆਉਣ ਵਾਲੀਆਂ ਨੂੰ ਏਡੀਆਂ ਅੱਡਰ ਕੁਆਲਿਟੀਆਂ ਮਾਝ ਨੂੰ ਵੇਖ ਲਓ ਥਣ ਮਾਝ ਦੀ ਵੰਡ ਹਰ ਤਰ੍ਹਾਂ ਦੀਆਂ ਤਸੱਲੀਆਂ ਕਰਾਓ ਮਾਝ ਦੀਆਂ ਅੱਛਾ ਹੁਣ ਇਹਨਾਂ ਦਾ ਜਿਹੜਾ ਨਾ ਵਿਖਾ ਤਸੱਲੀ ਨਾ ਲਈ ਬਾਈ ਜਾਨ ਜੋੜਾ ਤੋੜ ਕੇ ਬਾਈ ਜਾਨ ਇੱਥੇ ਨਾਲ ਠਾਲ ਕੇ ਜੋੜੇ ਦਾ ਮੁੱਲ ਕਰਨਾ ਮੇਰੇ ਖਿਆਲ ਨਾਲ ਰੇਟ ਉਹ ਪਹਿਲੇ ਵੇਖ ਲਿਆ ਇਹਨੇ ਦੋਸਤਾਂ ਮੱਝੀ ਮੇਰੀਆਂ ਸ਼ੌਕ ਵਾਲੀਆਂ ਨੂੰ ਦੋਸਤਾਂ ਦੇ ਨਜ਼ਰ ਰਹਿਣ ਗਈਆਂ ਸ਼ੌਕ ਤੂੰ ਗਾਟ ਹੈ ਤੋਂ ਦੋਸਤ ਦੱਸਣ ਚਾ ਕਮੈਂਟਾਂ ਦੇ ਰਾਏ ਦੇ ਜ਼ਰੀਏ ਖੂਬਸੂਰਤ ਮੱਝਾਂ ਨੇ ਮੱਝੀ ਦਾ ਜੋੜਾ ਆ ਗਿਆ ਸਾਹਮਣੇ ਮੁੱਲ ਮੈਂ ਮੱਝੀ ਦਾ ਜਿੰਨਾ ਮਰਜ਼ੀ ਕਰ ਲਵਾਂ ਨਾ ਮੇਰੀਆਂ ਮੱਝੀ ਦੇ ਮੂੰਹ ਤੇ ਘੁੰਮਦਾ ਹੈ ਇੱਥੇ ਲਿਆਵੇ ਨਾ ਕੈਮਰਾ ਮਾਰ ਮੱਝੀ ਦੀ ਮਾਸ਼ਾਅੱਲਾ ਆਮ ਇਸ ਤਰੀਕੇ ਲਿਬਾਸ ਮੱਝੀ ਦੇ ਔਰ ਵੰਡ ਮੱਝੀ ਦੀ ਚੈੱਕ ਕਰਾ ਇਸ ਮਾਈ ਨੂੰ ਚੈੱਕ ਕਰਾ ਇੱਕ ਤੂੰ ਕੈਮਰਾ ਪਿਛਾਂ ਟਾਸੇ ਰੇਟ ਵੀ ਨਾਲ ਨਾਲ ਕਰੋ ਨਾ ਵੀਡੀਓ ਲੰਬੀ ਹੋ ਜਾਣੀ ਜਿਹੜਾ ਰੇਟ ਇਹਨਾਂ ਦਾ ਮੈਂ ਕਰਾਂ ਨਾ 10 ਲੱਖ ਵੀ ਮੱਝੀ ਦਾ ਮੁੱਲ ਥੋੜਾ ਹੈ ਤੇ ਜੋੜੇ ਦਾ ਮੈਂ ਇਹ ਗੱਲ ਕੀਤੀ ਹੈ ਜੋੜੇ ਦਾ ਮੁੱਲ ਥੋੜਾ ਹੈ ਹੁਣ ਸਾਨੂੰ ਪਤਾ ਹੀ ਲੱਗਿਆ ਸਾਨੂੰ ਤੁਸੀਂ ਵੈਸੇ ਹੀ ਜਿਹੜਾ ਨਾ ਤਰਸਾਈ ਜਾਂਦੇ ਹੋ ਵੀ ਕਿਤਨਾ ਪਤਾ ਨਹੀਂ ਥੋੜਾ ਅਸੀਂ ਇਹ ਸੋਚੀ ਜਾਂਦੇ 8 ਲੱਖ ਤੇ 40 ਹਜ਼ਾਰ ਰੁਪਈਆ ਮੱਝੀ ਦਾ 8 ਲੱਖ 40 ਹਜ਼ਾਰ 8 ਲੱਖ 40 ਹਜ਼ਾਰ ਜੋੜੇ ਦਾ ਪਿਆਰ ਮੁਹੱਬਤ ਕੀ ਹੈ ਮੱਝੀ ਮੇਰੀਆਂ ਚੰਗੀਆਂ ਨੂੰ ਮੈਂ ਮੁੱਲ ਕੋਈ ਨਹੀਂ ਕੀਤਾ ਇਹ ਦੋ ਮੱਝੀ ਨਹੀਂ ਚਾਰ ਮੱਝੀ ਦੋ ਕੱਟੀਆਂ ਦੋ ਮੱਝੀ ਚੋ ਮੱਝੀ ਦਾ ਮੁੱਲ ਹੀ ਨਹੀਂ ਗਿਆ ਇਹਦੇ ਵਿੱਚ ਕੋਈ ਡਿਸਕਾਊਂਟ ਤਾਂ ਹੋਣਾ ਚਾਹੀਦਾ ਕਿ ਮੂੰਹ ਮੰਗੀ ਮੌਤ ਵਾਲੀ ਗੱਲ ਹੀ ਹੈ ਨਾ ਮੈਂ ਮੁੱਲ ਤਾਂ ਕੋਈ ਨਹੀਂ ਕੀਤਾ ਪਰ ਤੁਸੀਂ ਆਂਦੇ ਹੋ ਜਾਂ ਦੋਸਤਾਂ ਦੇ ਜਿਹੜਾ ਨਾ 10,000 ਰੁਪਏ ਦੀ ਦੋਵਾਂ ਮੱਝੀ ਚ ਪਿਆਰ ਮੁਹੱਬਤ ਇਹ ਤਾਂ ਕੋਈ ਪਿਆਰ ਮੁਹੱਬਤ ਨਹੀਂ ਹੈ ਦੋ ਮੱਝੀ ਚੰਗੀਆਂ ਨੂੰ ਮੱਝੀ ਨੂੰ ਵੇਖਣਾ ਏਡੀਆਂ ਵੱਡੀਆਂ ਮੱਝਾਂ 10,000 ਦੋ ਮੱਝੀ ਨਹੀਂ ਹਨ ਚਾਰ ਮੱਝੀ ਦੋਸਤਾਂ ਨੂੰ ਦੇਣੀਆਂ ਸ਼ਰਮਿੰਦਾ ਕਰਦਾ ਪਿਆ ਤੂੰ ਸਿੱਧੀ ਤਰ੍ਹਾਂ ਕੋਈ ਰੇਟ ਕਰ ਨਾ ਸੋਹਣਾ ਜਿਹਾ ਜਿਹੜਾ ਕਿਰਾਏ ਕਿਰੂਏ ਕਿਤਨੇ ਪੈਂਦੇ ਨੇ 8 ਲੱਖ ਤੇ 20,000 ਦੀਆਂ ਮੱਝੀ ਦੇਸਾਂ ਚ ਇਹ ਰੇਟ ਚੈਨਲ ਫਿਰ ਲਵਣ ਮੰਡੀਆਂ ਵਿਜ਼ਿਟ ਕਰ ਲਵਣ ਜੂ ਵਿਜ਼ਿਟ ਕਰ ਲਵਣ ਇਹ ਰੰਗ ਰੇਟ ਹੀ ਰੰਗੀਆਂ ਮੱਝੀ ਦੇ ਹੋਵਣ ਤਾਂ ਦੋਸਤ ਮੈਨੂੰ ਦੱਸਣ 8 ਲੱਖ 20,000 ਫਾਈਨਲ 8 ਲੱਖ 20,000 ਰੁਪਏ ਔਰ ਜੋੜੇ ਨੂੰ ਟੋਰ ਕੇ ਦੁਬਾਰਾ ਵਿਖਾ ਲਓ ਥੋੜਾ ਜਿਹਾ ਚਲ ਠੀਕ ਹੈ ਨਾਲ ਹੀ ਇਹ ਵੀ ਟੋਰੋ ਤੇ ਕੈਮਰਾਮੈਨ ਸਾਹਿਬ ਤੀਸਰੀ ਮੱਝੀ ਜਿਹੜਾ ਨਾ ਵਿਖਾਓ ਮਾਸ਼ਾਅੱਲਾ ਇਡੂ ਵੇਖੇ ਨਾ ਮੱਝੀ ਫਾਰਮ ਕਿਸੇ ਜੂ ਦੇ ਵਿੱਚ ਖਲੀਆਂ ਹੋਣ ਤਾਂ ਮੱਝੀ 10-10 ਲੱਖ ਦੀ ਕੱਲੀ ਮੱਝ ਹੈ ਲੈ ਆਓ ਜੀ ਤੀਸਰੇ ਨੰਬਰ ਤੇ ਤੇ ਬਾਈ ਜਾਨ ਇਹਦੀ ਡਿਟੇਲ ਦਿਓ ਤੀਸਰੇ ਨੰਬਰ ਤੇ ਬਾਈ ਸਾਜੇ ਦੂਜਾ ਸੂਆ ਸੂਈ ਹੈ ਥੱਲੇ ਕੱਟਾ ਸੂ ਹਾਜ਼ਰ ਟਾਈਮ ਜਿਹੜਾ ਦੋ ਦਿਨ ਜੋਟੀ ਕੋਲ 12 ਲੀਟਰ ਦੀ ਚੁਆਈ ਹੈ ਮੇਰੇ ਕੋਲ ਅੱਛਾ ਨਾਲ ਇਹ ਵੀ ਦੱਸਣਾ ਵੀ ਇਹ ਸੂਈ ਕਿਤਨੇ ਦਿਨਾਂ ਦੀ ਹੋਣੀ ਸੂਈ ਹੋਈ ਨੂੰ ਤਕਰੀਬਨ ਹੋ ਗਏ ਨੇ 12 ਤੋਂ 13 ਦਿਨ ਨੂੰ 12-13 ਦਿਹਾੜੇ 12 ਤੋਂ 13 ਦਿਨ ਸੂਈ ਨੂੰ ਥੱਲੇ ਕੱਟਾ ਤੇ ਦੁੱਧ ਜਿਹੜਾ ਸਾਰਾ ਹੈ ਉਹ ਹੁਣ ਦੱਸੋ 12 ਲੀਟਰ ਬੱਚੇ ਸਮੈਤ ਮੇਰੇ ਕੋਲ ਹੈ ਜੀ ਤੁਹਾਡੇ ਕੋ ਕਰਦੀ ਪਈ ਹਾਜ਼ਰ ਟਾਈਮ ਅੱਗੇ ਦੋਸਤਾਂ ਦੀ ਬਸਮਾ ਕਲੀਅਰ ਹੈ ਮਾਸ਼ਾਅੱਲਾ ਜਿਵੇਂ ਥਣ ਠੁੱਲਾ ਲੱਗਾ ਹੈ ਲਾਟੂ ਤਰ੍ਹਾਂ ਐਵੇਂ ਗੋਲਦਾਰ ਮੋਟੀ ਰੂਹ ਤਰ੍ਹਾਂ ਪੌਸੀਦਾਰ ਸਹੀ ਹੋ ਗਿਆ ਕੈਮਰਾਮੈਨ ਸਾਹਿਬ ਤਸੱਲੀ ਨਾਲ ਥਣ ਵੀ ਕਾਣਾ ਹੈ ਪਾਵਰ ਵਾਲਾ ਥਣ ਹੈ ਮੁੱਠੀ ਭਰ ਥਣ ਖੂਬਸੂਰਤ ਪਰ ਦੁੱਲੀ ਕੋਲੀ ਕੋਈ ਨਜ਼ਰ ਨਹੀਂ ਮਾਸ਼ਾਅੱਲਾ ਦੁੱਲੀ ਕੋਲੀ ਚਵਾ ਕੇ ਹਰ ਤਰ੍ਹਾਂ ਦੀਆਂ ਤਸੱਲੀਆਂ ਨੇ ਮਾਸ਼ਾਅੱਲਾ ਥੱਲੇ ਆ ਬੱਚਾ ਨਾਲ ਲਗਾ ਵਦਾ ਚੌਥੇ ਨੰਬਰ ਤੇ ਪਹਿਲੇ ਜੋਟੀ ਹੁੰਦਾ ਤੇ ਇਹਦਾ ਮੁੱਲ ਜੋੜੇ ਦਾ ਹੀ ਕਰਨਾ ਠੀਕ ਹੋ ਗਿਆ ਇਹ ਮੂੰਹ ਚ ਪੂਰੀ ਹੈ ਇਹ ਜਵਾਨ ਹੈ ਮੂੰਹ ਚ ਮਾਸ਼ਾਅੱਲਾ
ਦੁੱਧ 12 ਕਿਲੋ ਹੈ ਦੋਸਤੋ, ਬਰੀਕ ਨਫੀਸ ਤੁਸੀਂ ਵੇਖ ਲੈਣੀ ਹੈ ਬਾਈ। ਇਹ ਦੁੱਧ ਵਾਲਾ ਆਪਾਂ ਝੂਠ ਨਹੀਂ ਮਾਰਨਾ ਵੀ 12 ਕਿਲੋ ਹੋਵੇ ਤਾਂ 15-16 ਕਿਲੋ ਦੱਸੀਏ, ਉਹ ਗਲਤ ਗੱਲ ਅਸਾਂ ਨਹੀਂ ਕਰਨੀ, ਇਹ ਕਰਨੀ ਨਹੀਂ ਨਾ ਇਸ ਚੈਨਲ ਤੇ। ਉਸ ਸੀ ਇਹ ਜ਼ਿਆਦਤੀ ਵੇਖੋ, ਜਾਨਵਰ ਤੁਹਾਡੇ ਸੇਲ ਹੁੰਦੇ ਨੇ, ਦੋਸਤ ਅਬਾਬ ਹੁੰਦੇ ਨੇ, ਲੈ ਕੇ ਜਾਂਦੇ ਨੇ, ਮੰਗਵਾਉਂਦੇ ਨੇ, ਇਹ ਇਤਮਾਦ ਹੈ। ਆਪਣੀਆਂ ਗੱਲਾਂ ਆਪਾਂ ਵੀਡੀਓ ਬਣਾ ਲਈ ਹੁੰਦੀ ਹੈ, ਬਹੁਤ ਜੀ ਮਾਂ ਚੰਗੀ ਹੈ, ਆਪਾਂ ਦੋ ਟਾਈਮ ਦੀ ਚਾਹੀ ਤਾਂ ਵੀਡੀਓ ਨਹੀਂ ਕਰਦੇ, ਨਹੀਂ ਕਰਦੇ ਆਪਣੀਆਂ ਗੱਲਾਂ ਦਾ ਇਤਮਾਦ। ਬੇਸ਼ੱਕ ਜਿਹੜਾ ਦੁੱਧ ਮੈਂ ਮੱਝੀ ਹੇਠ ਦੱਸਿਆ ਹੈ, ਤੁਸੀਂ ਬਾਈ ਚੁਆਈ ਵੀ ਕਰਾ ਲਓ ਤਾਂ ਮੇਰੀਆਂ ਮੱਝੀ ਦੋ ਦਿਨਾਂ ਨਾਲ ਨਿਕਲ ਸੀ। ਅਮੂਮਨ ਜਾਨਵਰ ਜਿਹੜਾ ਨਾ ਪੁੱਠਿਆਂ ਤੇ ਹਵਾਨੇ ਤੋਂ ਖੂਬਸੂਰਤ ਜ਼ਿਆਦਾ ਲੱਗਦਾ ਹੁੰਦਾ, ਮਾਸ਼ਾਅੱਲਾ ਪੀਟੇ ਵਾਨੇ ਦੀ ਹੈ, ਔਰ ਮਾਂ ਜਿਹੜੀ ਹੈ ਨਾ ਬਹੁਤ ਦੁੱਧ ਵਾਲੀ ਹੈ, ਨਸਲੀ ਮਾਂ ਜੇ ਮੇਰੀ। ਅੱਛਾ ਰੇਟ ਕਰਨਾ ਹੈ ਇਕੱਠਾ ਜੋੜੇ ਦਾ, ਚੌਥੇ ਨੰਬਰ ਤੇ ਲੈ ਜੋੜੇ ਦਾ ਰੇਟ ਕਰਨਾ, ਚੌਥੇ ਨੰਬਰ ਤੇ ਡਿਟੇਲ ਬਾਈ ਜਾਂਦੀ ਹੈ। ਮਾਸ਼ਾਅੱਲਾ ਪਹਿਲੇ ਨੇ ਜੋਟੀ ਹੈ ਜੀ, ਮੂੰਹ ਚ ਚੌਗੀ ਛਿੱਗੀ ਹੈ ਜੀ, ਜੀ ਬਹੁਤ ਚੰਗੀ ਹੈ ਮਾਸ਼ਾਅੱਲਾ। ਚਾਰ ਦੰਦ ਹੈ ਜਾਂ 6 ਜਾਂ ਛਿੱਗੀ ਹੈ, ਛਿੱਗੀ ਹੈ ਮੂੰਹ ਚ 6 ਦੰਦ ਹੈ, ਠੀਕ ਹੋ ਗਿਆ ਤੋਰ ਮਾਇਆ ਨੇ ਬਿਲਕੁਲ। ਆ ਵੇਖੋ ਕੈਮਰਾਮੈਨ ਸਾਹਿਬ ਕਿਤਨਾ ਬਰੀਕ ਹੈ, ਬੜਾ ਪਿਆਰਾ ਇਸ ਨਫੀਸ ਬਰੀਕ ਹੈ, ਦੁੰਨੀ ਕੋੜੀ ਚੈੱਕ ਕਰਾ, ਥੱਲੇ ਦੇ ਕੱਟਾ ਹੈ, ਇਹਦੇ ਥੱਲੇ ਕੱਟੀ ਹੈ ਜੀ, ਇੱਕ ਕੱਟਾ ਹੈ, ਤਿੰਨ ਕੱਟੀਆਂ ਨੇ, ਠੀਕ ਹੋ ਗਿਆ, ਇਹਦੇ ਥੱਲੇ ਕੱਟਾ ਹੈ, ਇਹਦੇ ਥੱਲੇ ਕੱਟੀ ਹੈ ਜੀ, ਮਾਈ ਦਾ ਪੁੱਠਾ ਬੋਲੋ ਤਾਂ ਸਹੀ, ਅੱਡੂ ਹੈ ਮਾਸ਼ਾਅੱਲਾ, ਸਾਈਡਾਂ ਤੋਂ ਥਣ ਮਾਈ ਦੀ ਵੰਡ ਚੈੱਕ ਕਰਾ, ਦੁੰਨੀ ਕੋੜੀ ਮਾਈ ਦੀ ਕੋਈ ਨਹੀਂ, ਵੱਖੀ ਨਿੱਕੀ ਜੀ, ਗਰਦਨ ਮਾਈ ਦੀ ਬੜੀ ਲੰਮੀ, ਅੱਖਾਂ ਮਾਈ ਦੀਆਂ ਸ਼ਫੈਦ ਚਿੱਠੀਆਂ ਨੂੰ, ਬੁੱਥੀ ਮਾਈ ਦੀ ਬੜੀ ਲੰਮੀ ਹੈ, ਗਰਦਨ ਮਾਈ ਦੀ ਵੇਖ ਲਓ, ਸੁੰਨੀ ਕੋੜੀ ਬਿਲਕੁਲ ਕੋਈ ਨਾ, ਵੱਖੀ ਕੋਈ ਨਾ, ਕੰਡ ਮਾਈ ਦੀ ਗੱਡ ਅਰਤਨਾ, ਕਦ ਮਾਈ ਨੂੰ ਚੰਗਾ ਜੋਟੀ ਨੂੰ ਪਹਿਲੇ ਲੈਣੋ, ਮੂੰਹ ਦੀ ਅਸੀਲ ਸਾਉ ਪਹਿਲੇ ਲੈਣੋ, ਥੱਲੇ ਵੀ ਕਾ ਪਿਛਲੇ ਪੈਰ ਹੀ ਚਿੱਟੇ ਨੇ ਮਾਸ਼ਾਅੱਲਾ, ਪਿਛਲੇ ਦੋ ਪੈਰ ਚਿੱਟੇ, ਪੈਰਾਂ ਵਾਲੀ ਜਗ੍ਹਾ ਵੀ ਤਸੱਲੀ ਨਾਲ ਚੈੱਕ ਕਰਾ, ਇਹਦੇ ਥੱਲੇ ਕੱਟੀ ਹੈ ਜੀ, ਯਕੀਨ ਹੁੰਦੇ ਨੇ ਇਹਦਾ ਜਨਾਬ, ਦੁੱਧ ਦੁੱਧ ਇਸ ਕੋਲ ਜਿਹੜਾ ਹਾਜ਼ਰ ਟਾਈਮ ਹੈ ਨਾ, ਬੱਚੇ ਸਮੇਤ 12 ਕਿਲੋ ਹੈ ਜੀ, ਬੱਚੇ ਸਮੇਤ ਤੇ ਸੂਈ ਕਿਤਨੇ ਦਿਨਾਂ ਦਿੱਤੀ, ਸੂਈ ਨੂੰ ਇਸ ਨੂੰ ਵੀ 12-13 ਦਿਨ ਹੋ ਗਏ, 12-13 ਦਿਨ ਦੋਸਤੋ, ਸੂਈ ਨੂੰ 12 ਕਿਲੋ ਪਹਿਲਾਂ ਹੋ ਕੇ ਦੂਜੇ ਵਾਰੇ ਵਾਲੀ 12 ਕਿਲੋ ਕਰਦੀ ਪਈ, ਇਹ ਮਾਸ਼ਾਅੱਲਾ ਬਹੁਤ ਬਹੁਤ ਚੰਗੀ ਮੈਂ, ਬਹੁਤ ਚੰਗੀ ਮੈਂ ਜੀ, ਇਹ ਕੱਟੀ ਖਲੀ ਹੈ ਜੀ, ਅਸੀਂ ਤਸੱਲੀ ਨਾਲ ਵਿਖਾ ਲਓ ਪੂਰੀ ਲਿਆ ਕੇ, ਪੂਰੀ ਇਹ ਕੱਟੀ ਮਾਸ਼ਾਅੱਲਾ, ਮਾਸ਼ਾਅੱਲਾ ਜੋਟੀ ਬਹੁਤ ਚੰਗੀ ਹੈ, ਦੁੰਨੀ ਕੋੜੀ ਮਾਈ ਦੀ ਬਹੁਤ ਲਿਬਾਸ ਮਾਈ ਨੂੰ ਚੰਗਾ ਲੱਗਾ ਆਇਆ ਜੀ, ਜਾਨਵਰ ਹੋ ਗਏ ਕੰਪਲੀਟ, ਠੀਕ ਹੈ, ਇੱਥੇ ਆ ਜਾਓ ਬਾਈ ਜਾਨ, ਰੇਟ ਕਰ ਲਈਏ, ਦੋਵਾਂ ਇਕੱਠਿਆਂ ਕਰੋ, ਦੋਵਾਂ ਨੇ ਇਕੱਠਾ ਕਰਕੇ ਰੇਟ ਲਾ, ਰੇਟ ਦੋਸਤਾਂ ਤਸੱਲੀ ਨਾਲ ਵੇਖ ਲਿਆ, ਜੋੜਾ ਵੇਖ ਲੈ ਐਂਡ ਵਾਲਾ ਔਰ ਪਹਿਲੀਆਂ ਦਾ ਵੀ, ਮਾਸ਼ਾਅੱਲਾ ਦੁਬਾਰਾ ਫੇਰ ਵੀ ਖਾ ਦੋ ਜੋੜਾ ਦੋਸਤਾਂ ਨੂੰ, ਕੋਈ ਇਸ ਤਰ੍ਹਾਂ ਹੈ ਨਾ, ਮੈਂ ਨਾ ਵੀਡੀਓ ਲੰਬੀ ਨਾ ਜ਼ਿਆਦਾ ਹੋਈ ਕਰੀ, ਐਵੇਂ ਥੋੜੀ ਜੀ ਜਿਹੜਿਆਂ ਨੇ ਵਿਖਾ ਲਓ ਜੀ, ਆ ਦੋਸਤੋ ਤਸੱਲੀ ਨਾਲ ਵੇਖ ਲਓ ਦੁਬਾਰਾ ਤੁਹਾਡੇ ਸਾਹਮਣੇ ਇਸ ਜੋੜੇ ਦਾ ਜਿਹੜਾ ਰੇਟ ਉਹ ਅਸੀਂ ਕਰਨਾ ਹੈ, ਚੱਲ ਜੀ ਇਸ ਜੋੜੇ ਦਾ ਜੀ ਮੁੱਲ ਕਰਨਾ ਹੈ ਜੀ,
ਇਹ ਜਿਹੜਾ ਜੋੜਾ ਜਾ ਰਿਹਾ, ਪਹਿਲੇ ਨੂੰ ਥੱਲੇ ਕੱਟੀ ਏ, ਦੂਜੇ ਨੂੰ ਥੱਲੇ ਕੱਟਾ ਹੈ। ਸੋਹਣਾ ਰੇਟ ਰਾਜ ਕੇ ਕੀਤਾ ਹੈ। ਬੋਲ ਵੇਖ ਲੋ ਜੋਟੀਆਂ ਮੇਰੀਆਂ ਚੰਗੀਆਂ ਨੂੰ, ਮੈਂ 340 3.5 ਨਹੀਂ ਕੀਤਾ ਜੀ, ਰੇਟ ਬਿਲਕੁਲ ਮਕੂਲ ਕੀਤੇ ਨੇ, ਜਾਇਜ਼ ਕੀਤੇ ਨੇ ਮਕੂਲ ਵੀ, ਜਿੱਥੇ ਦੋਸਤਾਂ ਨੂੰ ਕਿਰਾਇਆ ਖਰਚੇ ਪਵੇ ਔਰ ਮੱਝੀ ਮੁਨਾਸਬ ਫਿਰ ਵੀ ਲੱਗਣ। ਠੀਕ ਹੋ ਗਿਆ, ਇਹਦੇ ਚ ਮੁਹੱਬਤ ਕੀ ਹੈ ਤੁਹਾਡੀ? ਦੇਖੋ ਕਿਰਾਏ ਵੀ ਕਾਫੀ ਜ਼ਿਆਦਾ ਨੇ, ਹੁਣ ਰਾਤੀ ਮੱਝਾਂ ਗਲਾਈਆਂ ਨੇ, ਗੁਜਰਾਤ ਜਿਹੜਾ 25,000 ਕਿਰਾਇਆ ਲੱਗ ਗਿਆ। ਠੀਕ ਹੈ ਨਾ, ਲੱਗ ਜਾਂਦਾ ਬਾਜ਼ਾਰ ਹੈ, ਹੁਣ ਕੋਈ ਥੋੜਾ ਜਿਹਾ ਗੇਡੂ ਲੈ ਲਈਏ 30,000 ਜੇ ਥੋੜਾ ਪਰਾਂ ਹੀ ਵਗ ਜਾਈਏ ਪਿੰਡੀ ਵੱਲ ਨੂੰ ਜੇਲਾ ਮਾਲ, ਉਹਦੇ ਉਵੇਂ ਕਿਰਾਇਆ ਵੱਧਦਾ ਜਾਂਦਾ, ਵੱਧਦਾ ਜਾਂਦਾ ਕਿਰਾਇਆ ਖਰਚੇ ਦੋਸਤਾਂ ਨੂੰ ਬੜੇ ਨੂੰ। ਹਾਂ, 6 ਲੱਖ ਦੀਆਂ ਮੱਝੀ ਫਾਈਨਲ ਦੇ 67 ਮੁੱਲ ਮੇਰੇ ਕੋਈ ਨੇ, ਇਹ ਕਿਵੇਂ ਮੈਂ ਪਹਿਲੇ ਗੱਲ ਕੀਤੀ ਹੈ ਨਾ ਉਸੇ ਤਰੀਕੇ, ਜੋੜੇ ਦਾ ਮੁੱਲ ਥੋੜਾ, ਜੋੜਾ ਮੁੱਲ ਥੋੜਾ, 6 ਲੱਖ ਦੋਸਤੋ ਕਮਾਲ ਦਾ ਰੇਟ ਹੈ, ਰੇਟ ਜੋਟੀਆਂ ਦੇ ਕੋਈ ਨਹੀਂ ਹੈ ਜੀ, ਇੰਤਹਾਈ ਮੁਨਾਸਿਬ ਮਕੂਲ ਰੇਟ ਹੈ, ਇਹ ਕਹਿ ਲੋ ਕਿ ਫੀ ਪੁੱਠਾ ਹੀ ਹੈ, ਪੁੱਠਾ ਹੀ ਹੈ ਜੀ, ਜਿਵੇਂ ਸਮਝ ਲਵੇ ਦੋਸਤ, ਸਹੀ ਹੋ ਗਿਆ। ਇਹ ਵੱਡੀਆਂ ਮੱਝੀ ਦੀ ਇਨਸ਼ਾਅੱਲਾ ਤਾਲਾ ਮੇਰੇ ਨਾਲ ਇੱਕ ਕੋਈ ਮੱਝ ਲਵੇ, ਜੋੜਾ ਲਵੇ, ਇਨਸ਼ਾਅੱਲਾ ਤਾਲਾ ਦੇਵਨ ਨੂੰ ਤਿਆਰ ਹੋਸਾਂ ਜੀ। ਅੱਛਾ, ਆਏ ਦੋਸਤਾਂ ਦਾ ਪਿਆਰ ਮੁਹੱਬਤ ਇਨਸ਼ਾਅੱਲਾ ਤਾਲਾ ਜ਼ਰੂਰ ਜੀ, ਜਿਤਨੇ ਦੋਸਤ ਇੱਥੇ ਆਏ ਉਹਨਾਂ ਨਾਲ ਬੜਾ ਤਾਮਾ ਨੂੰ ਬੜਾ ਪਿਆਰ ਮੁਹੱਬਤ ਕੀਤਾ ਹੈ ਜੀ, ਕਿਉਂਕਿ ਖਾਨਦਾਨੀ ਲੋਕਾਂ ਦਾ ਭਾਈਚਾਰਾ ਦੇ ਕੰਮ ਹੈ। ਦੇਖੋ ਆਏ ਲੋਕ ਤੁਸੀਂ ਮੁਹੱਬਤ ਕਰਦੇ ਹੋ, ਦੋਸਤ ਖੁਦ ਅਕਸਰ ਚੱਲ ਕੇ ਆਉਂਦੇ ਨੇ, ਕੁਛ ਦੋਸਤ ਸਾਡੇ ਤੇ ਇਤਨਾ ਅਲਹਮਦੁਲਿਲਾ ਇਤਮਾਦ ਕਰਦੇ ਨੇ, ਬਾਹਰ ਬਹਿ ਕੇ ਆਉਣ ਲੈਣ ਮਾਲ ਮਾਸ਼ਾਅੱਲਾ ਖਰੀਦੇ ਪੈਣ, ਸਾਡੇ ਤੇ ਇਤਬਾਰ ਕਰਦੇ ਨੂੰ, ਅੱਲਾ ਪਾਕ ਉਹਨਾਂ ਦੀ ਜ਼ਿੰਦਗੀ ਕਰੇ ਔਰ ਅੱਲਾ ਪਾਕ ਸਾਡੇ ਕਾਰੋਬਾਰ ਵਿੱਚ ਬਰਕਤ ਪਾਵੇ, ਔਰ ਇਨਸ਼ਾਅੱਲਾ ਕਿਸੇ ਨੂੰ ਗਿਲਾ ਸ਼ਿਕਵਾ ਨਹੀਂ ਨਹੀਂ ਆਇਆ ਜਿਹੜਾ ਤਾਂ ਸਾਡੇ ਇਲਾਮ ਵਿੱਚ ਗੱਲ ਹੋਈ, ਇਨਸ਼ਾਅੱਲਾ ਉਹਦਾ ਗਿਲਾ ਸ਼ਿਕਵਾ ਨਹੀਂ ਹੁੰਦਾ, ਤੇ ਬਾਕੀ ਕੋ ਦੋਸਤ ਆਪਣੀ ਮਰਜ਼ੀ ਵੀ ਕਰ ਸਕਦੇ ਨੇ। ਦੋਸਤੋ ਸੋਮਵਾਰ ਹੈ, ਅੱਜ ਦਿਨ ਸੋਮਵਾਰ ਦਾ ਹੈ, 13 ਤਾਰੀਖ 11/2023। ਠੀਕ ਹੋ ਗਿਆ, ਸ਼ਾਹਿਦ ਬਲੋਚ 601 ਗਾਬੇ ਸੈਫਲ ਦੀ ਚੌਕ, ਤਹਿਸੀਲ ਦਾਨਲੇ ਵਾਲਾ, ਜ਼ਿਲ੍ਹਾ ਫੈਸਲਾਬਾਦ। ਦੋਸਤੋ ਜਿਹੜੇ ਦੋਸਤ ਲਾਹੌਰ ਤੋਂ ਜਾਂ ਮੁਲਤਾਨ ਵਾਲੀ ਸਾਈਡ ਤੋਂ ਆਉਣਾ ਚਾਹ ਰਹੇ ਨੇ, ਇਹ M3 ਮੋਟਰਵੇ ਲਾਹੌਰ ਟੂ ਕਰਾਚੀ, ਸਮੁੰਦਰੀ ਜਿਹੜੇ ਲਾਂਦੇ ਨੇ ਸਮੁੰਦਰੀ ਤੋਂ ਜੱਲਾ ਮੋੜ, ਜੱਲੇ ਮੋੜ ਤੋਂ ਤਾਂਦਲੇ, ਤਾਂਦਲੇ ਤੋਂ ਅੱਗੇ 601 ਸੈਫਲ ਦੀ ਚੌਕ ਹੈ, ਤਕਰੀਬਨ 7 ਤੋਂ 8 ਕਿਲੋਮੀਟਰ, ਜਿਹੜਾ ਆਪਣਾ ਸਾਡਾ ਪਿੰਡ ਹੈ ਕਸਬਾ, ਜਿਹੜੇ ਸਮੁੰਦਰੀ ਇੰਟਰਚੇਂਜ ਤੋਂ ਲਾਹਣਾ ਹੈ ਨਾ ਜੀ, ਲਾਹੌਰ ਤੋਂ ਜਾ ਰਹੇ ਕਰਾਚੀ ਤੋਂ ਮੁਲਤਾਨ ਤੋਂ ਜਿੱਥੋਂ ਆ ਰਹੇ ਨੂੰ, ਸਮੁੰਦਰੀ ਮੇਨ ਇੰਟਰਚੇਂਜ ਹੈ, ਸਮੁੰਦਰੀ ਤੋਂ 17 ਕਿਲੋਮੀਟਰ ਤਾਂਦਲਾ ਹੈ, ਪਹਿਲਾ ਸਟਾਪ ਜੱਲਾ ਮੋੜ ਆਉਂਦਾ ਹੈ, ਉਸ ਤੋਂ ਦੂਸਰਾ ਸਟਾਪ ਹੈ ਤਾਂਦਲਾ, ਅੰਦਰ ਹੋ ਜਾਣਾ ਤਾਂਦਲੇ, ਤਾਂਦਲੇ ਤੋਂ ਅੱਗੇ ਡਿਗਰੀ ਕਾਲਜ, ਲੱਕੜ ਮੰਡੀ ਫਾਟਕ ਕ੍ਰਾਸ ਕਰਕੇ ਜੀ ਸਾਡਾ ਪਿੰਡ ਆਉਂਦਾ ਹੈ ਅੱਗੇ, 601 ਸੈਫਲ ਦੀ ਚੌਕ, ਪੀਰੇਪੁਰ ਰੋਡ ਵੱਜਦਾ ਹੈ, ਜ਼ਿਆਦਾਤਰ ਸਾਡੇ ਪਿੰਡਾਂ ਦਾ ਹੀ ਜ਼ਿਆਦਾ ਨਾਂ ਹੈ 601 ਸੈਫਲ ਦੀ ਚੌਕ। ਅੱਜ ਤਾਂ ਲੰਬੀ ਡਿਟੇਲ ਨੂੰ ਪਾ ਕੇ, ਠੀਕ ਹੈ ਦੋਸਤੋ, ਪਸੰਦ ਕਰਕੇ ਖਰੀਦ ਸਕਦੇ ਹੋ, ਮਿਲਦੇ ਹਾਂ ਅਗਲੀ ਵੀਡੀਓ ਚ, ਜਾ ਸਕਦੇ ਹੋ, ਅੱਲਾਹ ਹਾਫਿਜ਼।